ਫਾਜ਼ਿਲਕਾ ਦੇ ਬੀਡੀਪੀਓ ਦਫ਼ਤਰ ਦੇ ਵਿੱਚ ਹੋਏ ਝਗੜੇ ਦੇ ਦੌਰਾਨ ਕਾਇਲ ਹੋਏ ਬਲਾਕ ਸਮਿਤੀ ਦੇ ਵਾਈਸ ਚੇਅਰਮੈਨ ਬਲਦੇਵ ਸਿੰਘ ਨੇ ਪੁਲਿਸ ਕਾਰਵਾਈ ਤੇ ਜਤਾਈ ਸੰਤੁਸ਼ਟੀ ਕਿਹਾ ਬਾਕੀ ਆਰੋਪੀਆਂ ਨੂੰ ਵੀ ਗ੍ਰਿਫਤਾਰ ਕਰੇ ਪੁਲਿਸ। ਫਾਜ਼ਿਲਕਾ ਦੇ ਬੀਡੀਪੀਓ ਦਫ਼ਤਰ ਦੇ ਵਿੱਚ ਬੀਤੇ ਦਿਨ ਝਗੜੇ ਦੇ ਦੌਰਾਨ ਕਾਇਲ ਹੋਏ ਬਲਾਕ ਸਮਿਤੀ ਦੇ ਵਾਈਸ ਚੇਅਰਮੈਨ ਬਲਦੇਵ ਸਿੰਘ ਸੁੱਖਾ ਨੇ ਪੁਲਿਸ ਕਾਰਵਾਈ ਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਨਾ ਆਉਂਦੀ ਤਾਂ ਹਮਲਾਵਰ ਉਹਨਾਂ ਦੇ ਨਾਲ ਕੁਝ ਵੀ ਕਰ ਸਕਦੇ ਸਨ। ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ 9 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਲੇਕਿਨ ਬਾਕੀ ਨਾਮਜ਼ਦ ਕੀਤੇ ਗਏ ਲੋਕਾਂ ਦੀ ਗ੍ਰਿਫਤਾਰੀ ਹਲੇ ਬਾਕੀ ਹੈ। ਉਹਨਾਂ ਨੇ ਫਾਜ਼ਿਲਕਾ ਪੁਲਿਸ ਤੋਂ ਬਾਕੀ ਲੋਕਾਂ ਦੀ ਗ੍ਰਿਫਤਾਰੀ ਵੀ ਕਰਨ ਦੀ ਮੰਗ ਕੀਤੀ ਹੈ। ਬਲਦੇਵ ਸਿੰਘ ਸੁੱਖਾ ਜੀ, ਮੈਂ ਵਾਈਸ ਚੇਅਰਮੈਨ ਬੀਡੀਓ ਦਫ਼ਤਰ ਬਲਾਸਮ ਦੀ ਫਾਈਲ ਕਰ ਜੀ। ਮੈਂ ਪੁਲਿਸ ਦਾ ਬਹੁਤ ਧੰਨਵਾਦ ਕਰਦਾ, ਜਿਹੜੇ ਮੁਜਰਮ ਉੱਥੇ ਮੌਕੇ 'ਤੇ ਫੜ ਲਿਆ ਪੁਲਿਸ ਨੇ, ਉਹਨਾਂ ਦੇ ਖਿਲਾਫ਼ ਜਿਹੜੀ ਬਣਦੀ ਕਾਰਵਾਈ ਕੀਤੀ ਗਈ ਹੈ। ਮੈਂ ਉਹੀ ਪੁਲਿਸ ਨੂੰ ਇੱਕ ਰਿਕੁਐਸਟ ਕਰਦਾ ਹੈਗਾ, ਜਿਹੜੇ ਬਾਕੀ ਰਹਿ ਗਏ ਆਰੋਪੀ ਜੋ ਆਪਦੇ ਗੁੰਡਾ ਰਾਜ ਦੇ ਵਿੱਚ ਆਪਣਾ ਰਾਜ ਜਮਾਉਣਾ ਚਾਹੁੰਦੇ ਆ, ਮੈਂ ਪੁਲਿਸ ਅੱਗੇ ਇਹ ਕਰਦਾ ਰਿਕੁਐਸਟ ਕਰਦਾ ਕਿ ਉਹਨਾਂ ਮੁਜਰਮ ਨੂੰ ਜਲਦੀ ਫੜ ਕੇ ਉਹਨਾਂ ਨੂੰ ਵੀ ਜੇਲ੍ਹ 'ਚ ਭੇਜਿਆ ਜਾਵੇ, ਕਿਉਂ ਕੱਲ੍ਹ ਨੂੰ ਕਿਸੇ ਹੋਰ ਇਹੋ ਜਿਹਾ ਸਰਕਾਰੀ ਮੁਲਾਜ਼ਮ 'ਤੇ ਜਾਂ ਹੋਰ ਕਿਸੇ ਅਫਸਰ 'ਤੇ ਕੋਈ ਇਹੋ ਜਿਹਾ ਕੋਈ ਧੱਕਾਸ਼ਾਹੀ ਜਾਂ ਆਪਦਾ ਗੁੰਡਾ ਰਾਜ ਨਾ ਜਮਾ ਸਕਣ ਜੀ। ਬੀਡੀਓ ਦਫ਼ਤਰ ਜਿੰਨੇ ਵੀ ਮੁਲਾਜ਼ਮ ਹੈਗੇ ਹੈ, ਪ੍ਰਾਈਵੇਟ ਹੈ, ਠੇਕੇਦਾਰ ਜਾਂ ਸਰਕਾਰੀ ਹੈ, ਮੈਂ ਉਹਨਾਂ ਨੂੰ ਵਿਸ਼ਵਾਸ ਦਿਲਾਉਣਾ ਕਿ ਮੈਂ ਠੀਕ ਹੋ ਕੇ ਜਿਨ੍ਹਾਂ ਆਰੋਪੀਆਂ ਨੇ ਜਿਨ੍ਹਾਂ ਗੁੰਡੇ ਆਨਸਰਾਂ ਨੇ ਮੇਰੇ 'ਤੇ ਹਮਲਾ ਕੀਤਾ ਹੈ, ਉਹਨਾਂ ਨੂੰ ਜਲਦ ਤੋਂ ਜਲਦ ਵੱਧ ਤੋਂ ਵੱਧ ਸਜ਼ਾ ਦਵਾਈ ਜਾਏਗੀ। ਅਤੇ ਮੈਂ ਇਹਨਾਂ ਨੂੰ ਬੀਡੀਓ ਦਫ਼ਤਰ ਦੇ ਸਾਰੇ ਸਟਾਫ ਨੂੰ ਮੈਂ ਵਿਸ਼ਵਾਸ ਦਿਲਾਉਣਾ ਕਿ ਇਹੋ ਜਿਹਾ ਕੋਈ ਵੀ ਗੁੰਡਾਗਰਦੀ ਜਿਹੜੀ ਹੈਗੀ ਬੀਡੀਓ ਦਫ਼ਤਰ ਕੀਤੀ ਹੈ ਕਿ ਅੱਗੇ ਤੋਂ ਕੋਈ ਵੀ ਇਹੋ ਜਿਹਾ ਗੁੰਡਾਗਰਦੀ ਨਾ ਕਰ ਪਾਉਣ।